ਦੇ ਪਾਸੇ ਪੱਕ ਮਗਾਈ ਆ ਗਿਆ ਫਿਰ ਚਾਰਲੀ ਮੈਕਵੋਏ ਮੈਕਵੋਏ ਗੋਲ ਪੱਕ ਪਿਜੀ ਮਾਰਸ਼ਾਨ ਨੇ ਰੱਖਿਆ ਆ ਗਿਆ ਤੇ ਪਾਸਟਰਾਕ ਗੋਲ ਪੱਕ ਪਿਜੀ ਸੋਲੋ ਦੇ ਗਾ ਕੋਰ ਗੋਲ ਕਰ ਗਏ ਤੇ ਚਾਰਲੀ ਕੋਇਲ ਪੁੰਜ ਦੇਨ ਬੋਸਟਨ ਬਰੂਇਨਸ ਹੁਣ ਤਾਂ ਪੜ ਲੈ ਪਾਤੇ ਪਹਿਲੀ ਦੋ ਗੋਲ ਲੀਡ ਇਸ ਮੁਕਾਬਲੇ ਦੇ ਵਿੱਚ ਕਿਸੇ ਟੀਮ ਨੇ ਨਹੀਂ ਹਾਸਲ ਕੀਤੀ 8 ਮਿੰਟ 25 ਸਕਿੰਟਾਂ ਤੇ ਪਹਿਲੀ ਦੋ ਗੋਲ ਲੀਡ ਬਣਾ ਚੁੱਕੇ ਨੇ ਬੋਸਟਨ ਬਰੂਇਨਸ ਮਾਰਸ਼ਾਨ ਅੱਛੇ ਤਰੀਕੇ ਨਾਲ ਰੋ ਗਿਆ ਐਂਟਰੀ ਇੱਥੇ ਡੇਵਿਡ ਪਾਸਟਰਨਾਕ ਇੱਕ ਫੁੱਲ ਵਰਗਾ ਪਾਸ ਭੇਜਣਾ ਉੜਦਾ ਹੋਇਆ ਪੜਦਾ ਹੋਇਆ ਤੇ ਥੱਲੇ ਲਾ ਗਿਆ ਆਪਣੀ ਹਾਕੀ ਤੇ ਬਲੇਡ ਇੱਕ ਹੱਥ ਦੇ ਨਾਲ ਛਾਲੀ ਖੋਇਲ ਤੇ ਛਾਲੀ ਖੋਇਲ ਕਰ ਗਿਆ ਆਪਣੇ ਸੀਜ਼ਨ ਦਾ 16ਵਾਂ ਗੋਲ